Nossa. Sampat rasa, tusuk sampat rasa. ਸਕਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਬਾਣੀ ਦਾ ਵਚਨ ਹੈ, ਸੇਵਾ ਮੰਗੈ ਸੇਵ ਕੋ ਲਾਈਆ ਆਪਣੀ ਸੇਵ, ਸਾਧੂ ਸੰਗ ਮਸਕ ਤੇ ਤੁਠੇ ਪਾਵਾ ਦੇਵ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਮਿਹਰਾਮਤ ਕਰਕੇ ਦੋ ਗੁਰਮੁਖ ਪਿਆਰੇ ਗਿਆਨੀ ਕੇਵਲ ਸਿੰਘ ਜੀ ਔਰ ਗਿਆਨੀ ਪਰਵਿੰਦਰਪਾਲ ਸਿੰਘ ਜੀ ਹੋਰਾਂ 'ਤੇ ਰਹਿਮਤ ਕੀਤੀ ਹੈ ਕਿ ਉਹਨਾਂ ਨੂੰ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਦੀ ਸੇਵਾ ਸੰਭਾਲਣ ਦਾ ਜੋ ਸੁਭਾਗਾ ਸਮਾਂ ਹੈ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ। ਔਰ ਇੱਕ ਮਰਿਆਦਾ ਬਣਾਈ ਹੋਈ ਹੈ, ਮਰਿਆਦਾ ਚੱਲੇ ਆਉਂਦੀ ਹੈ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੇਵਾ ਸੰਭਾਲਣ ਤੋਂ ਬਾਅਦ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਜੀ ਵਿਖੇ ਆ ਕੇ ਅਰਦਾਸ ਕਰਕੇ ਮੁੱਖ ਵਾਕ ਲੈ ਕੇ ਜੋ ਸਨਮਾਨ ਦੀ ਬਖਸ਼ਿਸ਼ ਹੁੰਦੀ ਹੈ ਉਹ ਤੋਂ ਬਾਅਦ ਜਿਹੜੀ ਅੱਜ ਦੀ ਇਹ ਮਰਿਆਦਾ ਹੈ ਇਹ ਸੰਪੰਨ ਹੋ ਜਾਂਦੀ ਹੈ। ਔਰ ਅੱਜ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਜੀ ਵਿਖੇ ਜੋ ਸਿੰਘ ਸਾਹਿਬ ਜੀ ਦੇ ਸੇਵਾ ਸੰਭਾਲ ਸਮਾਗਮ ਦੀ ਜਿਹੜੀ ਮਰਿਆਦਾ ਸੀ ਉਹ ਸੰਪੰਨ ਹੋਈ ਹੈ। ਮੈਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਜੀ ਇਹਨਾਂ ਦੋਨਾਂ ਗੁਰਮੁਖਾਂ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਣ। ਔਰ ਗੁਰਮਰਿਆਦਾ ਜਿਹੜੀ ਹੈ ਉਹ ਬੜੀ ਹੀ ਚੜ੍ਹਦੀ ਕਲਾ ਇੱਕ ਇਕਾਗਰਤਾ ਦੇ ਨਾਲ ਉਦਮ ਦੇ ਨਾਲ ਸਤਿਗੁਰੂ ਜੀ ਨਿਭਾਉਣ ਦਾ ਬਲ ਬਖਸ਼ਿਸ਼ ਕਰਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬ ਕਮੇਟੀ ਬਣਦੀ ਹੈ, ਜਿਵੇਂ ਜਿਵੇਂ ਹਰਿਮੰਦਰ ਸਾਹਿਬ ਜੀ ਵਿਖੇ ਕੋਈ ਸਿੰਘ ਸਾਹਿਬ ਜੀ ਸੇਵਾ ਮੁਕਤ ਹੋ ਜਾਂਦੇ ਆ ਅਤੇ ਲੋੜ ਅਨੁਸਾਰ ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਉਹ ਇੱਕ ਪੱਤਰਿਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਦੇ ਨੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤਰ ਕਮੇਟੀ ਵਿੱਚ ਵਿਚਾਰ ਕੇ ਅਤੇ ਸਿੰਘ ਸਾਹਿਬਾਨ ਰੱਖਣ ਦੀ ਭਰਤੀ ਕਰਨ ਦੀ ਨਿਯੁਕਤ ਕਰਨ ਦੀ ਜਿਹੜੀ ਪ੍ਰਵਾਨਗੀ ਹੈ ਉਹ ਭੇਜਦੀ ਹੈ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਬ ਕਮੇਟੀ ਬਣਾਈ ਜਾਂਦੀ ਹੈ ਜੋ ਜਿਹੜੇ ਜਿਹੜੇ ਉਮੀਦਵਾਰ ਉਹਦੇ ਵਿੱਚ ਭਾਗ ਲੈਂਦੇ ਨੇ ਉਹਨਾਂ ਦੀ ਜਿਹੜੀ ਇੰਟਰਵਿਊ ਹੈ ਉਹ ਲਈ ਜਾਂਦੀ ਹੈ। ਔਰ ਜਿਹੜੇ ਇੰਟਰਵਿਊ 'ਚ ਸਫਲ ਹੁੰਦੇ ਨੇ ਉਹਨਾਂ ਦੇ ਨਾਵਾਂ ਦੇ ਉੱਤੇ ਜਿਹੜੀ ਮੋਹਰ ਹੈ ਉਹ ਸਬ ਕਮੇਟੀ ਵੱਲੋਂ ਲੱਗਦੀ ਹੈ। ਉਪਰੰਤ ਫਿਰ ਜੋ ਜਿਹੜੀ ਉਹ ਸਬ ਕਮੇਟੀ ਦੀ ਸਾਈਨ ਕੀਤੀ ਹੋਈ ਜਿਹੜੀ ਪੱਤਰਿਕਾ ਹੁੰਦੀ ਹੈ ਉਹ ਅੰਤਰ ਕਮੇਟੀ ਕੋਲ ਭੇਜੀ ਜਾਂਦੀ ਹੈ। ਅੰਤਰ ਕਮੇਟੀ ਆਪਣੀ ਮੀਟਿੰਗ ਕਰਕੇ ਉਹਦੇ ਫੈਸਲੇ ਵਿੱਚ ਜਿਹੜੀ ਹੈ ਉਹ ਗ੍ਰੰਥੀ ਸਿੰਘ ਸਾਹਿਬ ਨਿਯੁਕਤ ਕਰਨ ਵਾਸਤੇ ਜਿਹੜਾ ਫੈਸਲਾ ਹੈ ਉਹ ਕਰਦੀ ਹੈ। ਉਪਰੰਤ ਸਮਾਂ ਨਿਯਤ ਕਰਕੇ ਅਤੇ ਜਿਵੇਂ ਅੱਜ ਸੇਵਾ ਸੰਭਾਲ ਸਮਾਗਮ ਹੋਇਆ ਇਹ ਜਿਹੜਾ ਸੇਵਾ ਸੰਭਾਲ ਸਮਾਗਮ ਹੈ ਉਹ ਕੀਤਾ ਜਾਂਦਾ। ਔਰ ਬਾਕੀ ਸਾਰੀ ਮਰਿਆਦਾ ਜੋ ਆਪ ਜੀ ਨੇ ਦੇਖੀ ਹੈ ਇਹ ਸਾਰੀ ਜਿਹੜੀ ਮਰਿਆਦਾ ਹੈ ਇਹ ਨਿਭਾਈ ਜਾਂਦੀ। ਠੀਕ ਹੈ, ਸਮੇਂ ਸਮੇਂ ਜੋ ਕਿ ਲੋੜ ਅਨੁਸਾਰ ਜਿਹੜੀ ਭਰਤੀ ਹੈ ਜਿਹੜੀ ਨਿਯੁਕਤੀ ਹੈ ਉਹ ਹੁੰਦੀ ਰਹਿੰਦੀ ਹੈ। ਅਤੇ ਬਾਕੀ ਸੰਗਤ ਦੇ ਵਿੱਚ ਵੀ ਸੰਗਤ ਦੇ ਬੁਲਾਵੇ 'ਤੇ ਵੀ ਮਨਜੋਗ ਸਿੰਘ ਸਾਹਿਬ ਜੀ ਨੇ ਸੰਗਤ 'ਚ ਜਾਣਾ ਹੁੰਦਾ, ਪ੍ਰਚਾਰ ਵਾਸਤੇ ਵੀ ਜਾਣਾ ਹੁੰਦਾ। ਅਤੇ ਬਾਕੀ ਲੋੜ ਅਨੁਸਾਰ ਫਿਲਹਾਲ ਜਿਹੜੀ ਅੱਜ ਨਿਯੁਕਤੀਆਂ ਹੋਣ ਦਾ ਜਿਹੜੀ ਲੋੜ ਹੈ ਉਹ ਸੰਪੂਰਨ ਹੋਈ ਹੈ। ਅੱਗੇ ਜਿਵੇਂ ਜਿਵੇਂ ਸਤਿਗੁਰੂ ਹੁਕਮ ਕਰਨਗੇ ਤਿਵੇਂ ਤਿਵੇਂ ਕਾਰ ਚੱਲਦੀ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਸਥਾਨਾਂ ਵਿਖੇ ਅੱਜ ਜੋ ਸਾਡੇ ਬਹੁਤ ਹੀ ਸਤਿਕਾਰਯੋਗ
ਜਥੇਦਾਰ ਰਜਿੰਦਰ ਸਿੰਘ ਜੀ ਧਾਮੀ, ਪ੍ਰਧਾਨ ਸਾਹਿਬ, ਸਮੁੱਚੀ ਐਗਜ਼ੀਕਿਟਿਵ ਕਮੇਟੀ ਅਤੇ ਬਹੁਤ ਹੀ ਸਤਿਕਾਰਯੋਗ ਹਸਤੀ ਮਾਨਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਜਥੇਦਾਰ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਮੁੱਖ ਗ੍ਰੰਥੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਸਾਰੀਆਂ ਸੰਗਤਾਂ, ਸੰਤਾਂ, ਮਹਾਂਪੁਰਸ਼ਾਂ, ਨਿਹੰਗ ਜਥੇਬੰਦੀਆਂ ਅਤੇ ਦਮਦੀਮ ਟਕਸਾਲ ਅਤੇ ਨਿਰਮਲੇ ਜਥੇਬੰਦੀਆਂ ਅਤੇ ਬਹੁਤ ਹੀ ਸੰਗਤਾਂ ਦੇ ਵੱਡੇ ਸਹਿਯੋਗ ਦੇ ਨਾਲ ਗੁਰੂ ਨੇ ਸਾਡੇ 'ਤੇ ਬਹੁਤ ਵੱਡਾ ਮਾਲਕ ਨੇ ਤਰਸ ਕੀਤਾ। ਜੋ ਪਿਛਲੇ ਕੋਈ ਮਾਤਾ ਪਿਤਾ ਦੀ ਕੋਈ ਕਮਾਈ ਆ, ਸੰਗਤਾਂ ਦੀਆਂ ਅਸੀਸਾਂ ਨੇ, ਉਹਨਾਂ ਦੀ ਕਿਰਪਾ ਬਖਸ਼ੇ ਦੁਆਰਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਬਖਸ਼ੇ ਦੁਆਰਾ ਇਹ ਬਹੁਤ ਹੀ ਮਹਾਨ ਪਿੱਤਰ ਸੇਵਾ ਬਖਸ਼ ਕੀਤੀ ਆ। ਇਹ ਅਰਦਾਸ ਬੇਨਤੀ ਕਰਦਾ ਗੁਰੂ ਰਾਮਦਾਸ ਮਹਾਰਾਜ ਚਰਨਾਂ 'ਚ ਕਿ ਪਾਤਸ਼ਾਹ ਅਸੀਂ ਯੋਗਨੀ, ਤੁਸੀਂ ਆਪ ਹੀ ਸੀਸ 'ਤੇ ਮਿਹਰ ਪ੍ਰਾਪਤ ਰੱਖ ਕੇ ਆਪ ਮਹਾਨ ਪਿੱਤਰ ਸੇਵਾ ਦੇ ਯੋਗ ਬਣਾ ਕੇ ਆਪ ਸੇਵਾ ਲੈਂਦੇ ਰਹੋ। ਵਿਸ਼ੇਸ਼ ਤੌਰ 'ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀਆਂ ਸੰਗਤਾਂ, ਇਲਾਕਾ ਵਾਸੀ ਸੰਗਤਾਂ ਦਾ, ਜਿੱਥੇ ਦਾਸ ਨੇ 20 ਸਾਲ ਪੰਜ ਪੇਰੇ ਸਾਹਿਬ ਨੇ ਵਿੱਚ ਸੇਵਾ ਅੰਮ੍ਰਿਤ ਸੰਚਾਰ ਦੀ ਨਿਭਾਈ ਆ, ਕੋਟਾਨਕੋਟ ਸ਼ੁਕਰ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਅਪਾਰ ਕਿਰਪਾ ਬਖਸ਼ ਕਰਕੇ ਗੁਰੂ ਕਾਂਸ਼ੀ ਧਰ ਤੋਂ ਏਡੀ ਵੱਡੀ ਮਹਾਨ ਇਹ ਸੇਵਾ ਬਖਸ਼ ਕੀਤੀ ਆ। ਰੋਮ ਰੋਮ ਕਰਕੇ ਪਾਤਸ਼ਾਹ ਦਾ ਸ਼ੁਕਰ, ਸੰਗਤਾਂ ਦਾ ਸ਼ੁਕਰ, ਸਮੁੱਚੇ ਪੰਥ ਦਾ ਸ਼ੁਕਰ ਅਤੇ ਅਰਦਾਸ ਬੇਨਤੀ, ਇਸੇ ਤਰ੍ਹਾਂ ਸਾਡਾ ਖਾਲਸਾ ਪੰਥ ਚੜ੍ਹਦੀ ਕਲਾ ਕਰੇ ਅਤੇ ਗੁਰੂ ਰਾਮਦਾਸ ਸਾਡੇ ਤੋਂ ਇਸੇ ਤਰ੍ਹਾਂ ਸਾਰੇ ਸਿੰਘ ਸਾਹਿਬਾਨਾਂ ਤੋਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਪਿਆਰ ਦੇ ਨਾਲ ਸੇਵਾ ਕਰਨ ਦਾ ਬਲ ਉਦਮ ਚਾਓ ਬਖਸ਼ਿਸ਼ ਕਰਨ। ਸਾਰਿਆਂ ਦਾ ਧੰਨਵਾਦ, ਕੋਟਾਨਕੋਟ ਸ਼ੁਕਰ ਪਾਤਸ਼ਾਹ ਜੀ ਦਾ, ਸਾਰੇ ਸਮੁੱਚੇ ਮੀਡੀਆ ਦਾ, ਜਿੰਨੇ ਆਪ ਜਿੱਥੇ ਪਹੁੰਚੇ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਕੋਟਾਨਕੋਟ ਸ਼ੁਕਰਾਨਾ, ਜੋ ਸਤਿਗੁਰਾਂ ਨੇ ਆਪਣੇ ਦਰ ਘਰ ਦੀ ਸੇਵਾ ਬਖਸ਼ਿਸ਼ ਕੀਤੀ ਹੈ। ਗੁਰੂ ਚਰਨਾਂ 'ਚ ਅਰਦਾਸ ਬੇਨਤੀ, ਸਤਿਗੁਰੂ ਜੀ ਆਪੇ ਸੇਵਾ ਨਿਭਾਉਣ ਦਾ ਬਲ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਬਾਅਦ ਵਿੱਚ ਕੀ ਫਤਿਹ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਿਛਲੇ ਲੰਬੇ ਅਰਸੇ ਤੋਂ ਗ੍ਰੰਥੀ ਸਿੰਘ ਸਾਹਿਬਾਨ, ਸਿੰਘ ਸਾਹਿਬਾਨ ਦੀਆਂ ਜਿਹੜੀਆਂ ਉਹ ਮੰਗ ਉੱਠ ਰਹੀ ਸੀ ਅਤੇ ਸਮੇਂ ਅਨੁਸਾਰ ਪੰਥ ਖਾਲਸਾ ਇਹਨਾਂ ਦੀਆਂ ਨਿਯੁਕਤੀਆਂ ਵੀ ਕਰਦਾ। ਅੱਜ ਦੋ ਸਿੰਘ ਸਾਹਿਬਾਨ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ, ਸਿੰਘ ਸਾਹਿਬ ਗਿਆਨੀ ਪਰਮਿੰਦਰਪਾਲ ਸਿੰਘ ਜੀ, ਉਹਨਾਂ ਨੂੰ ਬਤੌਰ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਉਹਨਾਂ ਨੂੰ ਅੱਜ ਉਹਨਾਂ ਦੀ ਤਾਜਪੋਸ਼ੀ ਕੀਤੀ ਗਈ ਅਤੇ ਸੇਵਾ ਸੰਭਾਲ ਉਹਨਾਂ ਨੇ ਸਾਂਭੀ। ਅੱਜ ਮੈਂ ਦੋਹਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਕਾਮਨਾ ਵੀ ਕਰਦਾ ਕਿ ਸਤਿਗੁਰੂ ਜੀ, ਇਹ ਉਹ ਪਵਿੱਤਰ ਸਥਾਨ ਆ ਜਿਸ ਪਵਿੱਤਰ ਸਥਾਨ 'ਤੇ ਪੂਰਨ ਬ੍ਰਹਮ ਗਿਆਨੀ, ਜਿਸ ਬ੍ਰਹਮ ਗਿਆਨੀ ਨੇ ਲਗਭਗ 113 ਸਾਲ ਗੁਰੂ ਘਰ ਦੀ ਸੇਵਾ ਕੀਤੀ, ਉਹ ਇਸ ਸਥਾਨ ਦੇ ਮੁੱਖ ਗ੍ਰੰਥੀ ਪਹਿਲੇ ਰਹੇ। ਸੋ ਇਹਨਾਂ ਨੂੰ ਸਤਿਗੁਰੂ ਜੀ ਪਵਿੱਤਰ ਗੁਰਬਾਣੀ ਅਨੁਸਾਰ ਗੁਰਮਤੀਆਂ ਜਿਹੜੀਆਂ ਸਾਡੀਆਂ ਸੰਧਲੀ ਪੈੜਾਂ ਪਈਆਂ ਆ ਉਹਦੇ ਅਨੁਕੂਲ ਸੇਵਾ ਕਰਨ ਦਾ ਬਲ ਉਦਮ ਬਖਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ।